ਤੇਜ਼ ਹਨੇਰੀ ਤੇ ਝੱਖੜ ਨੇ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਇਸ ਨਾਲ ਕਈ ਥਾਵਾਂ ਤੇ ਵੱਡਾ ਨੁਕਸਾਨ ਵੀ ਹੋਇਆ ਹੈ। ਹੁਣ ਇਸ ਵੀਡੀਓ ਨੂੰ ਹੀ ਦੇਖ ਲਓ ਜਿੱਥੇ ਤੇਜ਼ ਝੱਖੜ ਤੇ ਹਨੇਰੀ ਇੱਕ ਸ਼ਖਸ ਦੇ ਲਈ ਕਾਲ ਬਣ ਗਈ ਅਤੇ ਥਾਂ ਹੀ ਉਸ ਦੀ ਜਾਨ ਵੀ ਨਿਕਲ ਗਈ। ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਨਜ਼ਰ ਆਇਆ ਹੈ ਕਿ ਇੱਕ ਈ ਰਿਕਸ਼ਾ ਚਾਲਕ ਜੋ ਫੈਕਟਰੀ ਦੇ ਬਾਹਰ ਆਉਂਦਾ ਹੈ, ਰੋਜ਼ਾਨਾ ਦੀ ਤਰ੍ਹਾਂ ਇੱਥੋਂ ਮਾਲ ਭਰਨ ਲਈ ਰਿਕਸ਼ਾ ਬਾਹਰ ਖੜਾ ਕਰਦਾ ਹੈ ਤੇ ਖੁਦ ਫੈਕਟਰੀ ਦੇ ਅੰਦਰ ਚਲਾ ਜਾਂਦਾ ਹੈ। ਅਚਾਨਕ ਹੀ ਤੇਜ਼ ਹਨੇਰੀ ਤੇ ਝੱਖੜ ਚੱਲਣ ਲੱਗ ਜਾਂਦਾ ਹੈ, ਜਿਸ ਕਰਕੇ ਫੈਕਟਰੀ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਫਿਰ ਇਹ ਰਿਕਸ਼ਾ ਚਾਲਕ ਉਸ ਫੈਕਟਰੀ ਦੇ ਗੇਟ ਨੂੰ ਬੰਦ ਕਰਦਾ ਹੈ ਅਤੇ ਫਿਰ ਅੰਦਰੋਂ ਜਦੋਂ ਬਾਹਰ ਨਿਕਲ ਰਿਹਾ ਹੁੰਦਾ ਹੈ, ਗੇਟ ਖੋਲਦਾ ਹੈ, ਗੇਟ ਤੇ ਹੱਥ ਰੱਖਿਆ ਹੁੰਦਾ ਹੈ ਤੇ ਇਸ ਦੇ ਵਿਚਾਲੇ ਗੇਟ ਖੁੱਲ ਕੇ ਅਚਾਨਕ ਹੀ ਉਸਦੇ ਉੱਤੇ ਡਿੱਗ ਜਾਂਦਾ ਹੈ। ਤਸਵੀਰਾਂ 'ਚ ਦੇਖੋ ਕਿ ਕਿਵੇਂ ਇਸ ਗੇਟ ਤੋਂ ਬਚਣ ਦੀ ਕੋਸ਼ਿਸ਼ ਵੀ ਕਰਦਾ ਹੈ, ਆਪਣੇ ਵੱਲੋਂ ਸੰਭਾਲਣ ਦੀ ਕੋਸ਼ਿਸ਼ ਕਰਦਾ, ਪਰ ਗੇਟ ਇੰਨਾ ਭਾਰੀ ਸੀ ਕਿ ਉਸ ਤੋਂ ਸਾਂਭ ਨਹੀਂ ਹੋਇਆ ਅਤੇ ਉਸੇ ਹੀ ਗੇਟ ਦੇ ਹੇਠਾਂ ਆ ਗਿਆ ਇਹ ਈ ਰਿਕਸ਼ਾ ਚਾਲਕ ਅਤੇ ਥਾਂ ਹੀ ਉਸਦੀ ਜਾਨ ਨਿਕਲ ਗਈ। ਹਾਲਾਂਕਿ ਜਦੋਂ ਇਹ ਗੇਟ ਡਿੱਗਿਆ ਉਸ ਸ਼ਖਸ ਦੇ ਉੱਤੇ ਤਾਂ ਆਸ ਪਾਸ ਤੋਂ ਲੰਘਦੇ ਰਾਹਗੀਰ ਵੀ ਰੁਕ ਗਏ। ਇੱਕ ਬਾਈਕ ਚਾਲਕ ਦੇ ਵੱਲੋਂ ਵੀ ਗੇਟ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਇੱਥੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਲੋਹੇ ਦਾ ਗੇਟ ਕਿੰਨਾ ਵਜ਼ਨਦਾਰ ਸੀ ਕਿ ਇੱਕ ਸ਼ਖਸ ਤੋਂ ਨਹੀਂ ਚੁੱਕਿਆ ਗਿਆ। ਜਿਸ ਤੋਂ ਬਾਅਦ ਇੱਕ ਹੋਰ ਵਿਅਕਤੀ ਆਉਂਦਾ ਹੈ, ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਗੇਟ ਉਹਨਾਂ ਤੋਂ ਵੀ ਨਹੀਂ ਚੱਕਿਆ ਜਾਂਦਾ। ਫਿਰ ਫੈਕਟਰੀ ਦੇ ਅੰਦਰ ਆਵਾਜ਼ ਮਾਰੀ ਜਾਂਦੀ ਹੈ ਤੇ ਉੱਥੋਂ ਕਾਮੇ ਬਾਹਰ ਆਉਂਦੇ ਨੇ, ਗੇਟ ਨੂੰ ਚੱਕਦੇ ਨੇ ਤੇ ਫਿਰ ਇਸੀ ਰਿਕਸ਼ਾ ਚਾਲਕ ਨੂੰ ਉੱਥੋਂ ਕੱਢਿਆ ਜਾਂਦਾ ਹੈ, ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਉਦੋਂ ਤੱਕ ਇਹ ਦਮ ਤੋੜ ਚੁੱਕਿਆ ਹੁੰਦਾ ਹੈ। ਇਹ ਵੀਡੀਓ ਲੁਧਿਆਣੇ ਦਾ ਆ। ਲੁਧਿਆਣੇ ਦੇ ਵਿੱਚ ਇੱਕ ਫੈਕਟਰੀ ਦੇ ਵਿੱਚੋਂ ਮਾਲ ਲਿਜਾਂਦੇ ਇਸ ਰੋਹਿਤ ਨਾਮ ਦੇ ਰਿਕਸ਼ਾ ਚਾਲਕ ਦੀ ਮੌਤ ਹੋਈ ਹੈ। ਇੰਨੀ ਦਰਦਨਾਕ ਮੌਤ ਕਿ ਸ਼ਾਇਦ ਇਸਨੇ ਸੋਚਿਆ ਵੀ ਨਹੀਂ ਹੋਏਗਾ ਕਿ ਇਸ ਫੈਕਟਰੀ ਵਿੱਚ ਉਸਦਾ ਅੱਜ ਆਖਰੀ ਦਿਨ ਹੋਏਗਾ। ਰੋਜ਼ਾਨਾ ਦੀ ਤਰ੍ਹਾਂ ਇੱਥੇ ਮਾਲ ਲੈਣ ਦੇ ਲਈ ਆਇਆ ਸੀ। ਇਹ ਰਿਕਸ਼ਾ ਫੈਕਟਰੀ ਦੇ ਬਾਹਰ ਖੜਾ ਕੀਤਾ ਸੀ ਤੇ ਖੁਦ ਅੰਦਰ ਚਲਾ ਗਿਆ, ਪਰ ਜਿਵੇਂ ਹੀ ਇਹ ਬਾਹਰ ਨਿਕਲਿਆ ਤੇ ਉਸੇ ਦੌਰਾਨ ਹੀ ਗੇਟ ਖੁੱਲ ਕੇ ਇਸ ਸ਼ਖਸ ਦੇ ਉੱਪਰ ਆ ਡਿੱਗਿਆ। ਬਚਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਹੈ ਈ ਰਿਕਸ਼ਾ ਚਾਲਕ, ਪਰ ਵਜ਼ਨ ਨਹੀਂ ਸਹਾਰ ਸਕਿਆ ਇਸ ਲੋਹੇ ਦੇ ਭਾਰੀ ਗੇਟ ਦਾ ਅਤੇ ਉਸੇ ਦੇ ਹੇਠਾਂ ਦੱਬ ਗਿਆ, ਜਿਸ ਕਰਕੇ ਉਸਦੀ ਮੌਤ ਹੋ ਗਈ। ਖੂਨ ਨਾਲ ਲੱਥਪੱਥ ਰੋਹਿਤ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਇਸਨੂੰ ਮ੍ਰਿਤ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਦੇ 3 ਛੋਟੇ ਛੋਟੇ ਬੱਚੇ ਨੇ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਰੋਹਿਤ ਸਿੰਘ ਜੀ, ਸਾਨੂੰ ਗੁਰਨਾਮ ਸਿੰਘ ਜੀ, ਜਿਸ ਦੀ ਕੱਲ੍ਹ ਮਿਤੀ 18/6/2024 ਨੂੰ ਨੂਰ ਵਾਲਾ ਕੰਪਲੈ ਨੂਰ ਵਾਲਾ ਰੋਡ ਨੇੜੇ ਕਾਸਾਬਾ ਚੌਂਕ ਅਚਾਨਕ ਉਹਦੇ ਗੇਟ ਸਿਰ ਵਿੱਚ ਲੱਗ ਗਿਆ, ਡਿੱਗਣ ਨਾਲ ਉਹਦੀ ਮੌਤ ਹੋ ਗਈ ਸੀ। ਸਰ, ਗੇਟ ਘਰ ਦਾ ਸੀਗਾ, ਫੈਕਟਰੀ ਦਾ ਸੀ? ਫੈਕਟਰੀ ਦਾ ਗੇਟ ਸੀ ਅਤੇ ਅਚਾਨਕ ਖੋਲ੍ਹਣ ਲੱਗੇ, ਉੱਪਰ ਡਿੱਗ ਪਿਆ। ਅਤੇ ਸਰ, ਉਹ ਕਰਨ ਕੀ ਗਿਆ ਸੀ ਫੈਕਟਰੀ ਵਿੱਚ? ਉਹ ਫੈਕਟਰੀ ਵਿੱਚ ਢੋਆ ਢਵਾਈ ਦਾ ਕੰਮ ਕਰਦਾ ਜੀ। ਅੱਛਾ ਜੀ, ਆਟੋ ਦਾ? ਆਟੋ ਉਸਦਾ ਹੈ। ਅੱਛਾ ਜੀ, ਹਾਂਜੀ। ਸਰ, ਕਿੰਨੀ ਕੁ ਉਮਰ ਸੀ ਬੰਦੇ ਦੀ? 30 ਸਾਲ ਦੀ ਉਮਰ ਸੀ ਜੀ। ਅਨਮੈਰਿਡ ਸੀ? ਨਹੀਂ, ਮੈਰਿਡ, 3 ਬੱਚੇ ਸੀ ਇਹਦੇ। ਹਾਂਜੀ ਸਰ, ਇਹਦੇ 'ਚ ਕਾਰਵਾਈ ਕੀ ਕੀਤੀ ਜਾ ਰਹੀ? ਕਾਰਵਾਈ 174 CRPC ਅਮਲ ਕੀਤੀ ਜਾਂਦੀ ਹੈ। ਹਾਂਜੀ ਸਰ, ਇਹ ਜਿਹੜੀ ਫੈਕਟਰੀ ਹੈ, ਕਿੱਧਰ ਹੈ ਇਹ ਫੈਕਟਰੀ? ਇਹ ਫੈਕਟਰੀ ਆਪਣਾ ਜਦੋਂ ਕਾਸਾਬਾਦ ਤੋਂ ਨੂਰ ਵਾਲਾ ਰੋਡ ਤੋਂ ਕਾਸਾਬਾਦ ਨੂੰ ਜਾਂਦੇ ਹਾਂ ਸਰ ਜੀ, ਉੱਥੇ। ਹਾਂਜੀ। ਅਤੇ ਸਰ, ਲੱਡੂ ਕਲੋਨੀ ਹੈ ਜੀ। ਰੈਗੂਲਰ ਜਾਂਦਾ ਸੀ ਫੈਕਟਰੀ 'ਚ ਕੰਮ? ਹਾਂਜੀ, ਕੰਮ ਕਰਦਾ ਆਟੋ ਦੇ ਮਾਲ? ਆਟੋ, ਹਾਂ, ਢੋਆ ਢਵਾਈ ਕਰਦਾ ਸੀ, ਕਿਸੇ ਹੋਰ ਫੈਕਟਰੀ ਜਾਂ ਕਿਸੇ ਫੈਕਟਰੀ ਦੇ ਵਿੱਚ। ਠੀਕ ਹੈ ਸਰ।